चलो चंगा जी, शुगली जुगली जी, वधिया 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 लग्या। तुसीं आए हो मिले हो मेरे नाल, पर इदां करियो तुसीं अगली वारी आऊंगे ना, मेरे को रात रहण दा प्रोग्राम बना के आइयो, इक दो दिन दा चंगी तरह। इदां नहीं कि चाह पीती ते निकल गए। ला 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 अगली वारी। ओ भरावा, आपां तेरे को महीना रहण वास्ते आए हां। महीना चकले 12 बज गए हैं यार, चार दिन की जिंदगी है, दो दिन निकल गई, दो दिन तेरे को काढ लेनी। ਅੱਜ ਦਾ ਕੀ ਪਲਾਨ ਆ? ਬਾਕੀ ਗੱਲਾਂ ਛੱਡੋ, ਅੱਜ ਦਾ ਕੀ ਪਲਾਨ ਆ? ਇਸ ਹਫਤੇ ਦਾ ਸ਼ਡਿਊਲ ਪਤਾ ਕੀ ਸਾਡਾ? ਆਪਾਂ ਇਹ ਵੀਕਐਂਡ ਚੱਲਾਂਗੇ ਵੇਗਾ ਪਰਿਵਾਰ ਦੇ ਨਾਲ, ਤੇ ਅੱਜ ਅਸੀਂ ਪਹਿਲਾ ਦਿਨ, ਥੋੜ੍ਹਾ ਥਕਾਵੜੀ ਬੜੀ ਹੈਗੀ ਹੈ, ਜੈਕਲੈਟ ਵੀ ਹੋਇਆ ਪਿਆ, ਕਿਸੇ ਮੌਲ ਤੇ ਛੱਡ ਦੇ, ਉੱਥੇ ਸ਼ੋਪਿੰਗ ਸ਼ੋਪਿੰਗ ਕਰ ਲੈਣੇ ਪੈਂਦੇ। ਮੌਲ ਤੇ ਛੱਡ ਦੇ, ਮੈਂ ਕੰਮ ਤੇ ਜਾਣਾ ਵਾ, ਤੁਸੀਂ ਮੌਲ ਤੇ ਛੱਡਣ ਦੀਆਂ ਗੱਲਾਂ ਕਰਦੇ, ਮੈਂ ਕੰਮ ਤੇ ਤੁਹਾਡੇ ਸਾਹਮਣੇ ਚੱਲਣ ਦਫ਼ਤਰ ਰੱਖਣੇ ਆ। ਸਾਡੇ ਕੋਲ ਇੰਡੀਆ ਆਉਣਾ, ਗੱਡੀ ਵੀ ਦਿੰਦੇ ਆ, ਡਰਾਈਵਰ ਵੀ ਦਿੰਦੇ ਆ, ਇੱਥੇ ਆ ਕੇ ਯਾਰ ਤੁਹਾਡੇ ਰੰਗ ਹੀ ਬਦਲ ਜਾਂਦੇ ਯਾਰ। ਰੰਗ ਹੀ ਬਦਲ ਜਾਂਦੇ, ਕੰਮ ਤਾਂ ਕਰਨਾ, ਵੀਕਐਂਡ ਤੇ ਆਇਆ ਹੋਵਾਂ ਤਾਂ ਗੱਲ ਵੱਖਰੀ ਹੈ, ਤੁਸੀਂ ਊਬਰ ਕਰ ਲਓ। ਊਬਰ ਕਰ ਲਓ ਏਅਰਪੋਰਟ ਤੋਂ ਐਂ ਗੱਲ, ਤੂੰ ਲੈਣ ਨਹੀਂ ਆਇਆ, $70 ਲੱਗ ਗਏ, $70 $7,442, ਆਪਾਂ ਕਿੱਥੋਂ ਪੇ ਕਰ ਸਕਦੇ, ਸਾਡੀ ਤਨਖਾਹ ਨਹੀਂ $4,200 ਯਾਰ। ਹੁਣ ਮੈਨੂੰ ਦੱਸੋ ਕੀ ਕਰਨਾ? ਚਾ $100 ਦੇ ਆਪਾਂ ਘੁੰਮਣੇ। $100 $100 ਤੇ ਮੇਰੀ ਦਿਹਾੜੀ ਪੈਣੀ ਹੈ, ਤੁਸੀਂ $100 ਹੁਣੀ ਮੰਗੀ ਇੰਨੇ ਮੇਰੇ ਤੋਂ। ਗੱਡੀ ਬੜੀ ਜਬਰ, ਚਾਬੀ ਦੇ, ਦੂਜੀ ਗੱਡੀ ਲੈ ਜਾ, ਦੂਜੀ ਗੱਡੀ ਲੈ ਜਾ, ਆਏ ਫਿਰ ਆਏ ਆਏ ਆਪਾਂ ਸ਼ਾਮ ਨੂੰ ਆਪਾਂ ਰੋਟੀ ਕੱਟੇ ਖਾਵਾਂਗੇ। ਚੰਗਾ, ਬਾਏ 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 ਬਾਏ। ਉਹਦੀ ਬੱਸ ਹੋਈ ਹੋਣੀ ਹੈ, ਕਹਿੰਦਾ ਮੈਂ ਕੰਮ ਜਾਣਾ। ਗੱਡੀ ਲੈ ਗਾ ਯਾਰ, ਇੰਡੀਆ ਤੋਂ ਆਏ ਆ, ਪਤਾ ਨਹੀਂ ਡਰਾਈਵਿੰਗ ਆਉਂਦੀ ਕਰਨੀ ਇਹਨਾਂ ਨੂੰ ਕੀ ਨਹੀਂ ਆਉਂਦੀ ਹੈਗੀ, ਮਾਰੂ ਇੱਕ ਤੇ ਗੱਡੀ, ਅੱਜ ਕੰਮ ਕਰਤਾ ਮੇਰਾ, ਦਫ਼ਤਰ ਜਾਣ ਤੋਂ ਵੀ ਰਹਿ ਗਿਆ। ਅਮਰੀਕਾ ਇੰਗਲੈਂਡ ਜਿੱਥੇ ਮਰਜ਼ੀ ਗੱਡੀ ਚਲਵਾ ਲਓ, ਬਹੁਤ ਸੋਹਣੀ ਚਲਾਉਂਦਾ, ਮੈਂ ਤਾਂ ਇੰਜੋਏ ਕਰਦਾ ਰਹਾ, ਸੁੱਤਾ ਆ, ਮੈਨੂੰ ਡਰ ਜਿਹਾ ਲੱਗਦਾ ਰਿਹਾ, ਪਰ ਮਲਾਈ ਵਾਂਗ ਗੱਡੀ ਲੈ ਗਿਆ ਨੀ। ਉਹ ਜਾਣਾ ਮੇਰਾ ਸਾਹ ਸੁੱਕੀ ਰਿਹਾ, ਤੂੰ ਜਾਣ ਦੀ ਗੱਲ ਕਰਦੇ ਹੋ, ਮੈਨੂੰ ਤਾਂ ਸਮਝ ਨਹੀਂ ਆਉਂਦੀ ਗੱਡੀ ਚਲਾ ਕਰਦਾ ਲਈ, ਮੈਨੂੰ ਤਾਂ ਇੰਡੀਆ ਜਾ ਕੇ ਚੱਲਦੀ ਨਹੀਂ, ਖੱਬੇ ਸੱਜੇ ਸੜਕਾਂ ਦਾ ਫਰਕ ਜਿਹੜਾ। ਲਾ 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 ਖੱਬੇ ਸੱਜੇ, ਉਹ ਭਰਾਵਾ ਇੰਡੀਆ ਚਲਾ ਲਓ, ਕੈਨੇਡਾ ਚਲਾ ਲਓ, ਅਮਰੀਕਾ ਚਲਾ ਲਓ, ਸਾਰੀ ਕੰਟਰੀ ਵਿੱਚ ਚਲਾਈ ਦੀ ਗੱਡੀ, ਤੇ ਸੱਜੇ ਹੱਥ ਕਰਾਉਣੀ ਪੈਂਦੀ, ਤੁਹਾਨੂੰ ਕੋਈ ਫਰਕ ਹੀ ਨਹੀਂ। ਉਹ ਯਾਰ ਸਾਨੂੰ ਤਾਂ ਕੋਈ ਫਰਕ ਨਹੀਂ ਲੱਗਾ, ਉਹ ਕੱਲੇ ਵੀ ਭਾਵੇਂ ਇੰਡੀਆ ਹੋਵੇ, ਇੰਡੀਆ ਵੀ ਸੜਕ ਦੇ ਗੱਬੇ ਗੱਡੀ ਚਲਾਈ ਦੀ ਹੈ, ਤੇ ਇੱਥੇ ਵੀ ਸੜਕ ਦੇ ਵਿਚਕਾਰ ਹੀ ਜਾਂਦੇ ਹਾਂ।